ਜਾਤਾ ਦਿਨ ਫੌਤ ਹੋ ਗਏ ਬੰਦੇ ਹੁਣ ਬਤਰੀਜੇ ਉਹਨਾਂ ਬਤਰੀਜਾ ਨੂੰ ਮਿਲਣਾ ਚਾਹੁੰਦੀ ਮੈਂ ਅਤੇ ਭੈਣ ਉਹ ਆਦੇ ਹੈ ਛੁਆਰੀਆ ਦਿਨ ਹੈ ਉਹ ਮਿਲਣਾ ਚਾਹੁੰਦੀ ਮੈਂ ਮੇਰੀ ਭੈਣ ਨੂੰ ਵੀ ਜਾ ਕਛਵਾ ਕੇ ਥੱਲੇ ਲਾਏ ਤੇ ਭਾਈ ਮੇਰੇ ਵਿੱਚ ਚੇਤੇ ਚ ਅਸਾਂ ਦੋ ਭੈਣ ਦੋ ਭਰਾ ਹੈ ਮੀਰਾ ਬਾਈ ਮੇਰੀ ਭੈਣ ਦਾ ਨਾਂ ਹੈ ਜਾਫੀਆ ਬਾਈ ਮੇਰਾ ਨਾਂ ਹੈ ਹੁਣ ਮੇਰਾ ਗੁਲਾਮ ਆਸ਼ਾ ਨਾਂ ਹੈ ਸੋਨਾਕਸ਼ੀ ਕਾਰਡ ਦੇ ਉੱਤੇ ਗੁਲਾਮ ਆਸ਼ਾ ਆਖਿਆ ਬਸ ਸੋਨਾਕਸ਼ੀ ਕਾਰਡ ਜਿਹੜੇ ਸਾਲ ਬਣਨ ਪਿਆ ਨੇ ਸਾਰੇ ਅੱਗੇ ਸਾਹਮਣੇ ਡਾਡਕੇ ਨਾਨਕੇ ਆਖੇ ਬਈ ਤੂੰ ਅਸਾਂ ਤੇਰੇ ਪਿਓ ਹੈ ਮੈਂ ਆਖਾਂ ਕੋਈ ਨਾ ਮੈਂ ਬਣਾਈਂਦੀ ਨਹੀਂ ਹਾਂ ਮੈਂ ਪਿਓ ਆਪਦਾ ਦੱਸੇ ਸਾ ਬਣਾਓ ਨਾ ਬਣਾਓ ਤੁਹਾਡੀ ਮਰਜ਼ੀ ਮੈਂ ਆਪਦੇ ਅੱਬੂ ਦਾ ਨਾਂ ਦੱਸਿਆ ਨੌਲਾ ਰਾਮ ਹੈ ਮੇਰਾ ਪਿਓ ਨੌਲਾ ਰਾਮ ਉਹਨਾਂ ਬੱਚਿਆਂ ਦਾ ਹੀ ਡਾਡਾ ਨੌਲਾ ਰਾਮ ਹੈ ਉਹ ਮਾਂ ਪਿਓ ਪਰਨਾ ਦਿੱਤਾ ਸ਼ਾਦੀ ਕਰ ਦਿੱਤੀ ਆਈ ਉੱਤੋਂ ਗਦਰ ਪੈ ਗਿਆ ਮੈਂ ਇੱਥੇ ਰੋਲ ਗਈ ਹਾਂ ਉਹ ਡੁੱਬ ਗਏ ਇੱਥੋਂ ਬਾਅਦ ਜਿਹੜੇ ਮੇਰੇ ਸਾਹਮਣੇ ਹਨ ਖੈਰ ਪਰ ਰਹਿੰਦੇ ਆ ਉੱਥੇ ਲੋਟੀਆਂ ਪੈ ਗਈਆਂ ਬੰਦੇ ਮਰਨ ਪੈ ਗਏ ਵੱਜਣ ਪੈ ਗਏ ਉਹ ਰਾਤੀ ਰਾਤੀ ਵੱਗ ਗਿਆ ਪਿੱਛਾ ਅੱਲਾ ਜਾਣੇ ਕਿਹੜੇ ਕੀਤੇ ਕਿਹੜੇ ਨਹੀਂ ਮੈਨੂੰ ਕੋਈ ਪਤਾ ਕਹਿ ਡਾਡਾ ਮੈਨੂੰ ਕੁਛ ਦਾ ਪਿਆਰ ਦਾ ਪਾਲਾ ਸਾਂਭਾ ਸਭ ਕੁਛ ਮੇਰੇ ਹੱਥ 'ਚ ਕੋਈ ਨਾ ਮੈਨੂੰ ਆਦਾ ਜੇ ਤੂੰ ਸਾਨੂੰ ਪਾਣੀ 'ਚ ਪਾ ਤੇ ਦੇ ਜਾਈ ਤਾਂ ਮੈਨੂੰ ਪਿਆਰ ਦੇ ਟੱਬਰ ਪਾਲਾ ਜਿਹੜੇ ਬਾਲਾਂ ਬੱਚਿਆਂ ਲਈ ਡੂ ਚਾਹੂੰ ਬਾਲਾਂ ਦੀ ਮਾਂ ਹੋ ਪਈਆਂ ਉੱਥੇ ਲਈ ਮੈਂ ਆਪਦੇ ਗੋਲਾਂ ਦਾ ਸ਼ੁਰੂ ਕਰ ਦਿੱਤਾ ਕਹਿਣ ਚਾਰਾਂ ਨੇ ਜਿਵੇਂ ਬਈ ਤੇ ਸਾ ਗਿਆ ਮੈਂ ਆਖੇ ਮੈਂ ਅਮਰ ਪੁਰ ਵਜਦਾ ਪਿਆ ਬਾਈ ਇਹ ਵਿਚਾਰਾ ਨਹੀਂ ਮੇਰੇ ਮਾਂ ਪਿਓ ਭੈਣਾਂ ਬਿਲਾ ਰਹਿੰਦੇ ਨੇ ਗੋਲੇ ਉਹ ਬਾਤ ਨਹੀਂ ਆਇਆ ਇਵੇਂ ਗੁਲੈਂਦੇ ਮੈਨੂੰ ਕੋਈ ਨਾ ਲੱਭਾ ਇਹੋ ਮੇਰਾ ਛੂਰ ਖੈਰਦਾ ਹੁਸ਼ਿਆਰ ਹੋਇਆ ਅਤੇ ਰੁਲਣ ਪਿਆ ਅਤੇ ਇਹ ਮੰਜ਼ਿਲ ਨੂੰ ਆ ਗਿਆ चौदह अगस्त आता है जैसे ही कि हमने सोचा भी ये भी वकूआ चौदह अगस्त का ही है हमने खबरें में ये खबर लगवाई चौदह अगस्त वाले हवाला दिया अम्मा जी का कि ये 14 अगस्त को 1947 को अपने ख़ानदान से बिछड़ गई थी इस 14 अगस्त पे फिर दोबारा हमने खबर लगाई है ये खबर लगने के बाद फिर ये आए चैनलों वाले उन्होंने फिर रिकॉर्डिंग की आलमगीर भाई उन्होंने प्रोग्राम बनाया 1947 के हवाले से ये यूट्यूब पे चैनल पे उधर इंडिया में हैं जैद भाई उन्होंने देखा उन्होंने मेरा नंबर भी देखा और उन्होंने मुझसे रब्ता किया कि ये जो अम्मा का ख़ानदान है उनका नाम क्या है मैंने उनको अम्मा के ख़ानदान का नाम बताया थोड़ा करें आप देखे तो ये नाल करीबे तो वो झलकी आँधी थोड़ी जली ਜਿਹੜੇ ਹੁਣ ਕੱਲ੍ਹ ਪਰਸੋਂ ਦੀ ਤਾਂ ਜਿਹੜੇ ਖਿਲਣ ਪੀਏ ਤਾਂ ਜਿਹੜੀ ਮੈਨੂੰ ਪਤਾ ਲੱਗੇ ਜਿਵੇਂ ਚਿੱਟਾ ਚਿੱਟਾ ਰੰਗ ਅਤੇ ਡੰਡਰੀਆਂ ਚਿੱਠੀਆਂ ਚਿੱਠੀਆਂ ਨਜ਼ਰ ਆਈ ਮੇਰੀ ਬੱਚੀ ਦੀ ਕੰਨਾਂ 'ਤੇ ਡੋਰੀ ਲੱਤਾਂ 'ਤੇ ਲੂਲੀ ਅੱਖੀ ਤੁੰਦੀ ਮੈਨੂੰ ਉਹ ਮੇਲ ਛੱਡਦੇ ਉਹ ਮੈਨੂੰ ਆਪ ਕਿਵੇਂ ਮਿਲਾਵੇ ਉਹਨਾਂ ਨੂੰ ਜਲਦੀ ਬੀਜਾ ਦੇਵੇ ਮੇਰੀ ਜ਼ਿੰਦਗੀ 'ਚ ਮੈਨੂੰ ਮਿਲਾ ਦੇਵੇ